ਅਸੀਂ ਪੰਜਾਬ 'ਚ ਕੋਐਲੀਸ਼ਨ ਕਈ ਸਾਲਾਂ ਦਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ, ਟੋਰਾ ਜੀ ਸੀ, ਬਰਨਾਲਾ ਜੀ ਸਾਰੇ ਉਸ ਟਾਈਮ ਤੋਂ ਲੈ ਕੇ ਬਾਅਦ 'ਚੋਂ ਤਾਂ ਬਾਦਲ ਪਰਿਵਾਰ ਦਾ ਹੀ ਜ਼ਿਆਦਾ ਰੁਤਬਾ ਉਹਦੇ 'ਤੇ ਵੱਧ ਗਿਆ। ਅਕਾਲੀ ਦਲ ਨਾਲ ਤੁਹਾਡਾ ਪਹਿਲਾਂ ਅਲਾਇੰਸ ਸੀਗਾ, ਫਿਰ ਟੁੱਟ ਗਿਆ, ਫਿਰ ਗੱਲਬਾਤ ਚੱਲਦੀ ਰਹੀ, ਮਤਲਬ ਇਸ ਤਰ੍ਹਾਂ ਲੱਗ ਰਿਹਾ ਸੀ। ਅਮਿਤ ਸ਼ਾਹ ਜੀ ਨੇ ਇੱਕ ਦੋ ਵਾਰ ਪਬਲਿਕਲੀ ਕਿਹਾ ਵੀ ਸਾਡੀ ਗੱਲਬਾਤ ਚੱਲ ਰਹੀ ਹੈ, ਪਰ ਉਹ ਸਿਰੇ ਨਹੀਂ ਲੱਗੀ। ਇੱਕ ਟਾਈਮ ਇਹੋ ਜਿਹਾ ਆਇਆ ਜਦੋਂ ਤੁਸੀਂ ਲੰਬੇ ਕੋਐਲੀਸ਼ਨ ਪਾਰਟਨਰ ਦੇ ਦੌਰਾਨ ਕਿਸੇ ਵੀ ਰਿਸ਼ਤੇ 'ਚ ਖਰਾਬ ਅੱਛੇ ਦਿਨ ਆਉਂਦੇ ਹੈ, ਬਟ ਉਹ ਤਾਂ ਹੀ ਮੈਰਿਜ ਜਾਂ ਕੋਈ ਵੀ ਰਿਲੇਸ਼ਨਸ਼ਿਪ ਸਰਵਾਈਵ ਕਰਦਾ ਹੈ ਜੋ ਤੁਸੀਂ ਅਪਸ ਐਂਡ ਡਾਊਨਸ ਦੇ ਵਿੱਚ ਸਾਥੀ ਬਣੇ ਰਹਿੰਦੇ ਹੋ। ਭਗਵੰਤ ਮਾਨ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਉਦੋਂ ਕਹਿੰਦੇ ਸੀ ਹਮਾਰੀ ਸਰਕਾਰ ਬਣਾਓ ਆਮ ਆਦਮੀ ਪਾਰਟੀ ਕੀ, ਅਗਰ ਦਿੱਲੀ ਕੀ ਸਰਕਾਰ ਨਹੀਂ ਖਰੀਦੇਗੀ ਤੋ ਹਮ ਮਿਨੀਮਮ ਸਪੋਰਟ ਪ੍ਰਾਈਸ 'ਤੇ ਖਰੀਦੇਂਗੇ। ਇੱਕ ਰੁਪਈਏ ਦੀ ਖਰੀਦ ਨਹੀਂ ਕੀਤੀ ਭਗਵੰਤ ਮਾਨ ਨੇ। ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਨੇ ਇਹ ਆਪਣੇ ਮੈਨੀਫੈਸਟੋ 'ਚ ਐਲਾਨ ਕੀਤਾ ਕਿ ਉਹ ਲੀਗਲ ਗਰੰਟੀ, ਕਾਨੂੰਨੀ ਗਰੰਟੀ ਜਿਹੜੀ ਹੈ ਉਹ ਦੇਣਗੇ। ਦੇਖੋ ਪੂਰੇ ਦੇਸ਼ ਕਿੱਥੇ ਪ੍ਰੋਬਲਮ ਹੈ, ਕੇਵਲ ਇੱਕ ਸੂਬੇ 'ਚ, ਉਹ ਫਾਰਮਰ ਦੀ ਘੱਟ ਪੋਲੀਟੀਕਲ ਜ਼ਿਆਦਾ ਦਿਖਦੀ ਹੈ। ਹੁਣ ਮੋਦੀ ਸਰਕਾਰ ਨੇ ਤਾਂ ਗੱਲਬਾਤ 'ਚ ਕਦੇ ਕੋਈ ਕਮੀ ਨਹੀਂ ਛੱਡੀ, ਹਰ ਵਾਰ ਜਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਗੱਲਾਂ ਵੀ ਕੀਤੀਆਂ। ਤੁਸੀਂ ਅੱਜ 4 ਡਿਮਾਂਡ ਰੱਖਦੇ ਹੋ, ਅਸੀਂ 3 ਮੰਨਦੇ, ਤੁਸੀਂ 1 ਵੱਜਦੇ, ਤੁਸੀਂ 4 ਹੋਰ ਐਡ ਕਰ ਦਿੰਦੇ ਹੋ, ਕਰਦੇ ਕਰਦੇ 25 ਹੋ ਗਈ, 25 ਤੁਸੀਂ 20 ਮੰਨ ਲਏ, ਤੁਸੀਂ 5 ਵੀ ਤਿਆੜੇ। ਇੱਕ ਕਮੇਡੀਅਨ CM ਬਣ ਜਾਵੇ ਜਾਂ ਫਿਰ ਇੱਕ ਆਰਟਿਸਟ CM ਬਣ ਜਾਵੇ, ਉਹ ਖੁਸ਼ੀ ਦੀ ਗੱਲ ਹੈ ਕਿ ਚਲੋ ਬੰਦਾ ਇੱਕ ਫੀਲਡ ਤੋਂ ਦੂਸਰੀ ਫੀਲਡ 'ਚ ਹੈ, ਪਰ ਤੁਸੀਂ ਲੋਕਾਂ ਦਾ ਮਜ਼ਾਕ ਨਹੀਂ ਉਡਾ ਸਕਦੇ। ਪੰਜਾਬ ਦੇ ਵਿੱਚ ਕਿਹਦੇ ਨਾਲ ਮੇਨ ਮੁਕਾਬਲਾ ਔਰ ਕਿੰਨੀਆਂ ਸੀਟਾਂ ਐਕਸਪੈਕਟ ਕਰਦੇ ਹੋ? ਲੀਡਰ ਇਮਾਨਦਾਰ ਅਤੇ ਦਮਦਾਰ ਹੈ, ਪਰਫੋਰਮੈਂਸ ਕਾਂਗਰਸ ਦੇ 60 ਸਾਲਿਆਂ ਦੇ ਮੁਕਾਬਲੇ 10 ਸਾਲ ਭਾਰੀ ਪੈਂਦੇ ਨਜ਼ਰ ਆਉਂਦੇ ਨੇ। ਤੁਸੀਂ ਕਲੇਮ ਕਰਦੇ ਹੋ ਕਿ 400 ਸੀਟਾਂ ਤੋਂ ਵੱਧ ਆਉਣਗੀਆਂ ਇਸ ਨੂੰ, ਪਰ ਤੁਸੀਂ ਉਹਨੂੰ ਕਿੱਥੇ ਅੰਗਦੇ ਹੋ ਕਿ ਕੀ ਉਹ ਤੁਹਾਡੇ ਮੁਕਾਬਲੇ 'ਚ ਕਿਤੇ ਹੈ ਜਾਂ ਕਿਸੇ ਇੰਡੀਆ ਦੇ ਕਿਸੇ ਹਿੱਸੇ 'ਚ ਤੁਹਾਨੂੰ ਐਂ ਲੱਗਦਾ ਚੈਲੇਂਜ ਆਇਆ ਤੁਹਾਨੂੰ? ਬਟ ਬਹੁਤ ਸਾਰੇ ਰਾਜ ਇਹੋ ਜਿਹੇ ਨੇ ਜਿੱਥੇ ਅਸੀਂ ਪਹਿਲੇ ਨਹੀਂ ਲੜਦੇ ਸੀ, ਉੱਥੇ ਵੀ ਸਾਡੇ ਗਰੋਥ ਬਹੁਤ ਚੰਗੀ। ਤੇਲੰਗਾਨਾ ਸਾਡੀ ਪਿਛਲੀ ਵਾਰ 4 ਸੀਟਾਂ ਸੀ, ਇਸ ਵਾਰ ਘੱਟ ਤੋਂ ਘੱਟ 10 ਸੀਟਾਂ ਆਉਣਗੀਆਂ। ਇੱਥੇ CM ਕੋਈ ਹੋਰ ਹੈ, ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਹੈ। ਜਿਹੜੀ ਸਾਡੀ ਮੇਨ ਕੋਰ ਬੈਲਟ ਹੈ ਜਿਹੜੀ ਹਿੰਦੀ ਹਾਰਟ ਐਂਡ ਹਿੰਦੀ, ਉੱਥੇ ਡੈਫੀਨੇਟਲੀ ਹੋ ਸਕਦਾ 1-2 ਸੀਟਾਂ ਕਿਤੇ ਕੱਟਣ। ਅਤੇ ਹਿਮਾਚਲ ਦਾ ਕੀ ਸੀਨ ਹੈ? ਚੌਕਾ ਲਗਾਵਾਂਗੇ ਅਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ। ਵੀਰਭੱਦਰ ਜੀ ਨੇ ਪੂਰਾ ਟਾਈਮ ਮੇਰੀ ਸੀਟ 'ਤੇ ਲਗਾ ਦਿੱਤਾ, ਉਹ ਚੱਕਰ 'ਚ ਉਹਨਾਂ ਦੀ ਆਪਣੀ ਪਤਨੀ ਵੀ ਹਾਰ ਗਈ ਰਾਣੀ ਸਾਹਿਬਾ, ਅਤੇ ਇੱਧਰੋਂ ਮੇਰੇ ਖਿਲਾਫ਼ ਰਜਿੰਦਰ ਰਾਣਾ ਲੜੇ ਅਤੇ ਉਹ ਵੀ ਹਾਰ ਗਏ। ਤੁਹਾਨੂੰ ਇਸ ਵਾਰ ਕੀ ਲੱਗਦਾ ਕਿ BJP ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਜਾਂ ਇਸ ਦੀ ਕਿਸ ਤਰ੍ਹਾਂ ਹੋਏਗੀ? ਦੋ ਕਾਰਨ ਹੈ, ਇੱਕ ਤਾਂ ਵੋਟ ਸ਼ੇਅਰ ਦਾ ਵਧਣਾ, ਸ਼ਹਿਰਾਂ 'ਚ ਬਹੁਤ ਚੰਗਾ ਇੰਪੈਕਟ ਦੇਖਿਆ ਜਾ ਰਿਹਾ ਕਿ ਸ਼ਹਿਰਾਂ 'ਚ ਬਹੁਤ ਵਧੀਆ ਸਪੋਰਟ ਮਿਲ ਰਹੀ। ਪਿੰਡਾਂ 'ਚ ਜਦੋਂ ਕੋਈ ਚੈਲੇਂਜ ਸਾਨੂੰ ਆਇਆ ਉਹਦੇ ਕਈ ਕਾਰਨ ਨੇ, ਸ਼ਾਇਦ ਸਾਡੇ 'ਚ ਕਮੀ ਰਹੀ ਸਮਝਾਉਣ 'ਚ। ਜਿੰਨਾ ਕੰਮ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਹੈ ਉਹਨਾਂ ਕੋਈ ਸਰਕਾਰ ਅੱਜ ਤੱਕ ਕਰ ਨਹੀਂ ਪਾਈ। ਇਸ ਵਾਰ ਮੋਦੀ ਸਰਕਾਰ ਬਣ ਗਈ ਤਾਂ ਮੁੜ ਕੇ ਇਲੈਕਸ਼ਨਾਂ ਨਹੀਂ ਹੋਣੀਆਂ, ਕੰਸਟੀਟਿਊਸ਼ਨ ਚੇਂਜ ਹੋ ਜਾਏਗਾ, ਮਤਲਬ ਇਹ ਦੋ ਮੁੱਦੇ ਜਿਹੜੇ ਬੜੇ। ਇਹ ਕਿਹਾ ਕਿ ਮੈਂ ਦੇਸ਼ ਸੰਵਿਧਾਨ ਕੇ ਅਨੁਸਾਰ ਚਲਾਊਂਗਾ, ਸਬਕਾ ਸਾਥ ਸਬਕਾ ਵਿਕਾਸ ਕਰਵਾਊਂਗਾ। ਅੰਗਰੇਜ਼ ਬਣਾ ਕੇ ਗਏ OIHUMS, ਅਤੇ ਉਹ ਇਹੀ ਕਰਕੇ ਗਏ ਕਿ ਬਾਂਟੋ ਔਰ ਰਾਜ ਕਰੋ, ਅਤੇ ਕਾਂਗਰਸ ਅੱਜ ਤੱਕ ਅੰਗਰੇਜ਼ਾਂ ਦੀ ਮਾਨਸਿਕਤਾ ਲੈ ਕੇ ਚੱਲਦੀ ਹੈ। ਬਾਬੂਸ਼ਾਹੀ ਟਾਈਮਸ ਸਭ ਦਾ ਸਵਾਗਤ ਹੈ, ਮੈਂ ਬਲਜੀਤ ਬੱਲੀ, ਐਡੀਟਰ ਬਾਬੂਸ਼ਾਹੀ ਨੈੱਟਵਰਕ, ਤਿਰਛੀ ਨਜ਼ਰ ਮੀਡੀਆ।
ਲੋਕ ਸਭਾ ਚੋਣਾਂ ਦਾ ਮੈਦਾਨ ਪੂਰਾ ਗਰਮ ਹੈ ਅਤੇ ਪੰਜਾਬ, ਹਿਮਾਚਲ, ਚੰਡੀਗੜ੍ਹ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ ਉਸ ਤੋਂ ਪਹਿਲਾਂ ਪੂਰੀ ਸਰਗਰਮੀ ਹੈ ਅਤੇ ਇਸ ਸਰਗਰਮੀ ਦੇ ਦੌਰਾਨ ਸਾਡੇ ਨਾਲ ਨੇ ਅਨੁਰਾਗ ਠਾਕੁਰ ਜਿਹੜੇ ਕਿ BJP ਦੇ ਸਟਾਰ ਪ੍ਰਚਾਰਕ ਨੇ, ਸੀਨੀਅਰ ਨੇਤਾ ਨੇ ਅਤੇ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਅਤੇ ਸਪੋਰਟਸ ਦੇ ਯੂਥ ਮਿਨਿਸਟਰ ਨੇ। ਸਾਰਾ ਦਿਨ ਕੰਪੇਨ ਕਰਕੇ ਆਏ ਨੇ, ਇਸ ਵੇਲੇ 12:15 ਵਜੇ ਨੇ ਰਾਤ ਦੇ ਜਦੋਂ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਅਤੇ ਆਮ ਤੌਰ 'ਤੇ ਇਹ ਹਿੰਦੀ 'ਚ ਗੱਲ ਕਰਦੇ ਨੇ, ਹਿੰਦੀ ਬੋਲਦੇ ਨੇ, ਪਰ ਅੱਜ ਅਸੀਂ ਇਹਨਾਂ ਨੂੰ ਪੰਜਾਬੀ ਬੁਲਾਵਾਂਗੇ ਕਿਉਂਕਿ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਅਤੇ ਗੱਲ ਵੀ ਫੋਕਸ ਅਸੀਂ ਰੀਜਨ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਦੇ ਰੀਜਨ 'ਤੇ ਜ਼ਿਆਦਾ ਫੋਕਸ ਕਰਾਂਗੇ ਗੱਲਬਾਤ ਲੋਕ ਸਭਾ ਚੋਣਾਂ ਦੇ ਐਂਗਲ ਤੋਂ। ਅਨੁਰਾਗ ਜੀ, ਸਵਾਗਤ ਹੈ। ਧੰਨਵਾਦ ਤੁਹਾਡਾ, ਬਹੁਤ ਬਹੁਤ ਸਵਾਗਤ ਅਤੇ ਧੰਨਵਾਦ ਤੁਸੀਂ ਰਾਤੀ 12:15 ਇੰਟਰਵਿਊ ਸ਼ੁਰੂ ਕੀਤਾ ਹੈ। ਮੈਨੂੰ ਤਾਂ ਲੱਗਾ ਤੁਸੀਂ ਆਉਣਾ ਨਹੀਂ 12:15 ਤੱਕ, ਬਟ ਤੁਹਾਡੇ ਸਾਹਮਣੇ ਲੋਕ ਵੀ ਬਹੁਤ ਸੀਗੇ ਕਰਾਊਡ, ਅਤੇ ਉਸ ਵਾਰ ਆਉਣ 'ਚ ਵੀ ਕਾਫੀ ਟਾਈਮ ਲੱਗ ਗਿਆ। ਨਹੀਂ ਦੇਖੋ ਜੀ, ਸਾਡਾ ਅਤੇ ਤੁਹਾਡਾ ਕੰਮ ਨਾ ਕਾਫੀ ਮਿਲਦਾ ਮਤਲਬ ਕਹਿੰਦੇ ਹੁੰਦੇ ਪੱਤਰਕਾਰਾਂ ਦਾ, ਪੋਲੀਟੀਸ਼ੀਅਨ ਅਤੇ ਪੁਲਿਸ ਵਾਲਿਆਂ ਦਾ, ਉਹ ਤਿੰਨ ਅਜਿਹੀ ਕੈਟੇਗਰੀ ਆ ਜਿਨ੍ਹਾਂ ਦਾ ਕੋਈ 24 ਘੰਟੇ ਦੇ ਕੰਮ ਡਿਊਟੀ ਹੁੰਦੀ ਹੈ। ਸੋ ਇਸ ਕਰਕੇ ਸਾਨੂੰ ਵੀ ਟਾਈਮ ਦਾ ਕੋਈ, ਜੇ ਪੋਲੀਟੀਸ਼ੀਅਨ ਵੀ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਮਿਨਿਸਟਰ ਹੋਵੇ ਜਿਹਦਾ ਸਿੱਧਾ, ਫਿਰ ਤਾਂ ਸਿੱਧਾ ਹੀ ਸੰਬੰਧ ਹੈ, ਸਾਡੇ ਨਾਲ ਸਿੱਧਾ ਸੰਬੰਧ ਹੈ ਇਹਨਾਂ ਦਾ ਮੀਡੀਆ ਨਾਲ। ਇਹ ਦੱਸੋ ਕਿ ਤੁਸੀਂ ਬਹੁਤ ਸਿਖਰ 'ਤੇ ਹੈਗੀ ਕੰਪੇਨ, ਹੁਣ ਕੱਲ੍ਹ ਬੰਦ ਹੋ ਜਾਣੀ ਹੈ, 2019 ਦੀਆਂ ਲੋਕ ਸਭਾ ਚੋਣਾਂ ਅਤੇ 2024 ਦੀਆਂ ਚੋਣਾਂ 'ਚ ਕੀ ਬੇਸਿਕ ਡਿਫਰੈਂਸ ਕੀ ਹੈ, ਇਹਦੇ 'ਚ ਕੀ ਤੁਹਾਡੇ ਪੋਜ਼ਿਟਿਵ ਹੈ ਕੀ ਨੈਗੇਟਿਵ ਹੈ? ਪਹਿਲੀ ਗੱਲ ਤਾਂ 2024 ਦੀ ਚੋਣਾਂ 10 ਸਾਲ ਦੇ ਮੋਦੀ ਸਰਕਾਰ ਦੀ ਉਪਲਬਧੀਆਂ ਅਤੇ ਅਗਲੇ ਭਾਰਤ ਦੇ ਭਵਿੱਖ ਬਾਰੇ, ਇੱਕ ਪਾਸੇ ਅਚੀਵਮੈਂਟ ਦੱਸਣੀਆਂ ਨੇ, ਦੂਜੇ ਪਾਸੇ ਵਿਕਸਿਤ ਭਾਰਤ ਬਣਾਉਣ ਦੇ ਪਿੱਛੇ ਮਾਇੰਡਸੈਟ ਕੀ ਹੈ, ਆਤਮ ਨਿਰਭਰ ਭਾਰਤ ਕਿਉਂ ਬਣਨਾ ਚਾਹੀਦਾ। ਕਈ ਲੋਕ ਕੋਵਿਡ ਦੇ ਟਾਈਮ 'ਤੇ ਪੁੱਛਦੇ ਸੀ ਕਿ ਇਹ ਗਲਤ ਰਾਏ ਹੈ ਜਾਂ ਆਈਡੀਆ ਮੋਦੀ ਦਾ ਆਤਮ ਨਿਰਭਰ ਭਾਰਤ ਬਣਾਉਣ ਦਾ, ਬਟ ਜੇ ਅੱਜ ਦੇਖੋ ਜੋ 3 ਸਾਲ ਪਹਿਲੇ ਕਦਮ ਚੱਕੇ ਨੇ, ਡਿਫੈਂਸ ਪ੍ਰੋਡਕਸ਼ਨ ਦੀ ਗੱਲ ਹੋਵੇ, ਮੋਬਾਈਲ ਮੈਨੂਫੈਕਚਰਿੰਗ ਦੀ ਗੱਲ ਹੋਵੇ ਜਾਂ ਬਾਕੀ ਜਿਹੜੇ ਨਿਰਣੇ ਕੀਤੇ ਗਏ ਨੇ, ਅੱਜ ਉਹਨਾਂ ਦੇ ਬੈਨੀਫਿਟ ਬਹੁਤ ਜ਼ਿਆਦਾ ਦਿਖ ਰਹੇ ਨੇ। 4 ਲੱਖ ਕਰੋੜ ਰੁਪਏ ਦੇ ਮੋਬਾਈਲ ਮੈਨੂਫੈਕਚਰਿੰਗ ਹੋਈ, 1.5 ਲੱਖ ਕਰੋੜ ਦੀ ਐਕਸਪੋਰਟ ਹੋਈ, ਜਿੱਥੇ ਇੰਡੀਆ ਕੇਵਲ ਇੰਪੋਰਟ ਕਰਦਾ ਸੀ, 2nd ਲਾਰਜੈਸਟ ਇੰਪੋਰਟਰ ਤੋਂ 2nd ਲਾਰਜੈਸਟ ਮੈਨੂਫੈਕਚਰਰ ਬਣ ਗਿਆ। ਸਿਮਿਲਰਲੀ ਟੋਇਸ, ਖਿਲੌਣੇ ਅਸੀਂ ਇੰਪੋਰਟ ਕਰਦੇ ਸੀ, ਹੁਣ 2.5 ਗੁਣਾ ਜ਼ਿਆਦਾ ਐਕਸਪੋਰਟ ਕਰਦੇ ਹਾਂ। ਮਰੀਨ ਐਕਸਪੋਰਟ ਸਾਡਾ 2 ਗੁਣਾ ਵੱਧ ਗਿਆ, ਕਿਉਂਕਿ ਅਸੀਂ ਆਪਣੀ ਚਾਹੇ ਨਦੀਆਂ ਜਾਂ ਸਮੁੰਦਰ 'ਚ ਮੱਛਲੀ, ਪ੍ਰੌਨਸ ਅਤੇ ਬਾਕੀ ਸਭ ਮਰੀਨ ਪ੍ਰੋਡਕਟਸ, ਉਹਨੂੰ ਵੀ ਕਰਨਾ ਸ਼ੁਰੂ ਕੀਤਾ। ਤੁਹਾਡੇ ਮਤਲਬ ਜਿਹੜੀ ਤੁਸੀਂ ਇਸ ਵਾਰ ਜਿਹੜੀ ਆਪਣੀ ਵੋਟ ਆ ਉਹ ਇਹ ਪਰਫੋਰਮੈਂਸ ਦੇ ਆਧਾਰ 'ਤੇ ਮੰਗ ਰਹੇ ਹੋ, ਇਹਦਾ ਮਤਲਬ ਇਹ ਹੈ? ਅਸੀਂ ਲੀਡਰਸ਼ਿਪ ਅਤੇ ਪਰਫੋਰਮੈਂਸ, ਲੀਡਰ ਇਮਾਨਦਾਰ ਅਤੇ ਦਮਦਾਰ ਹੈ। ਪਰਫੋਰਮੈਂਸ ਕਾਂਗਰਸ ਦੇ 60 ਸਾਲਿਆਂ ਦੇ ਮੁਕਾਬਲੇ 10 ਸਾਲ ਭਾਰੀ ਪੈਂਦੇ ਨਜ਼ਰ ਆਉਂਦੇ ਨੇ। ਇਸ ਵੇਲੇ ਜਿਹੜਾ ਮੇਨ ਮੁਕਾਬਲਾ ਤੁਹਾਡਾ ਹੈਗਾ ਇੰਡੀਆ ਅਲਾਇੰਸ ਜਿਹੜਾ ਉਹਦੇ ਨਾਲ ਹੈਗਾ, ਤੁਸੀਂ ਇਸ, ਤੁਸੀਂ ਕਲੇਮ ਕਰਦੇ ਹੋ ਕਿ 400 ਸੀਟਾਂ ਤੋਂ ਵੱਧ ਆਉਣਗੀਆਂ, ਪਰ ਤੁਸੀਂ ਉਹਨੂੰ
ਕਿੱਥੇ ਅੰਗਦੇ ਹੋ ਕਿ ਕੀ ਉਹ ਤੁਹਾਡੇ ਮੁਕਾਬਲੇ 'ਚ ਕਿਤੇ ਹੈ ਜਾਂ ਕਿਸੇ ਇੰਡੀਆ ਦੇ ਕਿਸੇ ਹਿੱਸੇ 'ਚ ਤੁਹਾਨੂੰ ਐਂ ਲੱਗਦਾ ਚੈਲੇਂਜ ਆਇਆ ਤੁਹਾਨੂੰ? ਦੇਖੋ ਬੜੇ ਰਾਜ, ਫੋਰ ਐਗਜ਼ਾਮਪਲ ਜੰਮੂ ਕਸ਼ਮੀਰ, ਅਸੀਂ 2 ਸੀਟਾਂ 'ਤੇ ਚੁਣਾਵ ਲੜਦੇ ਹਾਂ, ਬਾਕੀਆਂ 'ਤੇ ਨਹੀਂ ਲੜਦੇ। ਬਟ ਬਹੁਤ ਸਾਰੇ ਰਾਜ ਇਹੋ ਜਿਹੇ ਨੇ ਜਿੱਥੇ ਅਸੀਂ ਪਹਿਲੇ ਨਹੀਂ ਲੜਦੇ ਸੀ, ਉੱਥੇ ਵੀ ਸਾਡੇ ਗਰੋਥ ਬਹੁਤ ਚੰਗੀ। ਤੇਲੰਗਾਨਾ ਸਾਡੀ ਪਿਛਲੀ ਵਾਰ 4 ਸੀਟਾਂ ਸੀ, ਇਸ ਵਾਰ ਘੱਟ ਤੋਂ ਘੱਟ 10 ਸੀਟਾਂ ਆਉਣਗੀਆਂ। ਸਾਡੀ ਤਮਿਲਨਾਡੂ ਕੋਈ ਸੀਟ ਨਹੀਂ ਸੀ, ਇਸ ਵਾਰ ਘੱਟ ਤੋਂ ਘੱਟ 4 ਸੀਟਾਂ ਆਉਣਗੀਆਂ। ਆਂਧਰਾ ਪ੍ਰਦੇਸ਼ ਸਾਡਾ ਉੱਥੇ ਗਰੋਥ ਹੋਏਗੀ। ਇਸ ਤਰ੍ਹਾਂ ਜਿਹੜਾ ਸਾਊਥ ਵਾਲਾ ਰੀਜਨ ਹੈ ਜਿੱਥੇ ਕੁਛ ਨਹੀਂ ਨਜ਼ਰ ਆਉਂਦਾ ਸੀ, ਅੱਜ ਉੱਥੇ ਵੀ ਵੋਟ ਸ਼ੇਅਰ ਅਤੇ ਸੀਟਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ। ਉੜੀਸਾ ਸਾਡੀਆਂ ਸੀਟਾਂ ਵਧਣਗੀਆਂ, ਅਸਮ ਅਤੇ ਪੂਰਾ ਨੌਰਥ ਈਸਟ ਅਤੇ ਵੈਸਟ ਬੰਗਾਲ, ਇਹ ਪੂਰੀ ਪੋਕਿਟ 'ਚ ਮਿਲਾ ਕੇ ਸਾਡੀਆਂ ਸੀਟਾਂ ਵਧਣਗੀਆਂ। ਜਿਹੜੀ ਸਾਡੀ ਮੇਨ ਕੋਰ ਬੈਲਟ ਹੈ ਜਿਹੜੀ ਹਿੰਦੀ ਹਾਰਟ ਐਂਡ ਹਿੰਦੀ, ਉੱਥੇ ਡੈਫੀਨੇਟਲੀ ਹੋ ਸਕਦਾ 1-2 ਸੀਟਾਂ ਕਿਤੇ ਕੱਟਣ, ਬਟ ਓਵਰਆਲ ਇੰਪੈਕਟ ਬਹੁਤ ਚੰਗਾ ਹੈ। ਹੁਣ ਇੱਧਰ ਆ ਜੀ ਆਪਾਂ ਪੰਜਾਬ, ਹਰਿਆਣਾ, ਹਿਮਾਚਲ 'ਤੇ। ਹਿਮਾਚਲ ਦਾ ਤੁਹਾਡਾ, ਕਿਉਂਕਿ ਹਿਮਾਚਲ ਤੋਂ ਤੁਸੀਂ ਇਹ ਹਮੀਰਪੁਰ ਤੋਂ ਲੜ ਰਹੇ ਨੇ, ਹਮੀਰ ਤੋਂ ਪਹਿਲਾਂ ਵੀ ਇਹਨਾਂ ਦੀ ਜੱਦੀ ਸੀਟ ਬਣਾਈ ਹੋਈ ਹੈ, ਇਹਨਾਂ ਨੇ ਉੱਥੇ ਜਿੱਤਦੇ ਨੇ, ਅਤੇ ਹਿਮਾਚਲ ਦਾ ਕੀ ਸੀਨ ਹੈ? ਹਿਮਾਚਲ ਬਹੁਤ ਚੰਗਾ ਹੈ। 2004 'ਚ ਵੀ, 2014 'ਚ ਵੀ 4-4 ਸੀਟਾਂ, 2019 'ਚ ਵੀ 4-4 ਸੀਟਾਂ, ਅਤੇ 2024 'ਚ ਵੀ ਚੌਕਾ ਲਗਾਵਾਂਗੇ ਅਤੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ। ਹਿਮਾਚਲ ਦੀ ਜਨਤਾ ਤਾਂ ਮੋਦੀ ਜੀ ਨਾਲ ਬਹੁਤ ਲਗਾਵ ਹੈ। ਮੇਰਾ ਤਾਂ ਚਲੋ 5ਵਾਂ ਚੁਣਾਵ ਹੈ, ਬਟ ਅਦਰਵਾਈਜ਼ ਮੋਦੀ ਜੀ ਦੇ ਨਾਲ ਸਾਰੀ 4-4। ਪਰ ਥੋੜ੍ਹੀ ਜਿਹੀ ਸਿਚੁਏਸ਼ਨ ਚੇਂਜ ਹੈਗੀ ਵੀ ਇਸ ਵਾਰ ਕਾਂਗਰਸ ਗੌਰਮੈਂਟ ਹੈ ਪਹਿਲਾਂ, ਕਿਉਂਕਿ ਕਾਂਗਰਸ ਨੇ ਸਟੇਟ ਅਸੈਂਬਲੀ 'ਚ ਜਿੱਤੀ, ਕਾਂਗਰਸ ਸਰਕਾਰ ਬਣਾਈ, ਸੋ 2019 ਤਾਂ ਇਹ ਨਹੀਂ ਸੀ ਨਾ, ਸੋ ਇਹਦਾ ਕੋਈ ਫਰਕ ਹੈ ਇਸ ਗੱਲ ਨਾਲ? ਮੈਂ ਜਦੋਂ 2014 ਦਾ ਇਲੈਕਸ਼ਨ ਵੀ ਲੜਿਆ, ਉਦੋਂ ਵੀ ਕਾਂਗਰਸ ਦੀ ਸਰਕਾਰ ਸੀ, ਵੀਰਭੱਦਰ ਜੀ ਮੁੱਖ ਮੰਤਰੀ ਸੀ। ਵੀਰਭੱਦਰ ਜੀ ਨੇ ਪੂਰਾ ਟਾਈਮ ਮੇਰੀ ਸੀਟ 'ਤੇ ਲਗਾ ਦਿੱਤਾ, ਉਹ ਚੱਕਰ 'ਚ ਉਹਨਾਂ ਦੀ ਆਪਣੀ ਪਤਨੀ ਵੀ ਹਾਰ ਗਈ ਰਾਣੀ ਸਾਹਿਬਾ, ਅਤੇ ਇੱਧਰੋਂ ਮੇਰੇ ਖਿਲਾਫ਼ ਰਜਿੰਦਰ ਰਾਣਾ ਲੜੇ ਅਤੇ ਉਹ ਵੀ ਹਾਰ ਗਏ। ਅਤੇ ਪੰਜਾਬ ਬਾਰੇ ਗੱਲ ਕਰਨੀ, ਬਾਅਦ 'ਚ ਹਰਿਆਣੇ ਬਾਰੇ ਵੀ ਕਰਾਂਗੇ। ਪੰਜਾਬ ਦਾ ਤੁਹਾਨੂੰ ਕੀ ਲੱਗਦਾ? ਪੰਜਾਬ ਦੇ ਦੇਖੋ ਤੁਸੀਂ ਇਸ ਵਾਰ ਪਹਿਲੀ ਵਾਰ ਜਿਹੜੀ BJP ਆਪਣੇ ਦਮ 'ਤੇ ਚੋਣ ਲੜ ਰਹੀ ਹੈ, ਤੁਸੀਂ ਪੰਜਾਬ ਚੱਕਰ ਵੀ ਲਾ ਗਏ ਹੋ 1-2 ਤੁਸੀਂ, ਅਤੇ ਪੰਜਾਬ ਨਾਲ ਇਨ ਟੱਚ ਵੀ ਰਹਿੰਦੇ ਹੋ, ਅਤੇ ਤੁਹਾਨੂੰ ਇਸ ਵਾਰ ਕੀ ਲੱਗਦਾ ਕਿ BJP ਦੀ ਪਰਫੋਰਮੈਂਸ ਪੰਜਾਬ ਦੇ ਵਿੱਚ ਜਾਂ ਇਸ ਦੀ ਕਿਸ ਤਰ੍ਹਾਂ ਹੋਏਗੀ? BJP ਦੀ ਪਰਫੋਰਮੈਂਸ ਪੰਜਾਬ 'ਚ ਬਹੁਤ ਚੰਗੀ ਹੋਏਗੀ। 2 ਕਾਰਨ ਹੈ, ਇੱਕ ਤਾਂ ਵੋਟ ਸ਼ੇਅਰ ਦਾ ਵਧਣਾ, ਸ਼ਹਿਰਾਂ 'ਚ ਬਹੁਤ ਚੰਗਾ ਇੰਪੈਕਟ ਦੇਖਿਆ ਜਾ ਰਿਹਾ ਕਿ ਸ਼ਹਿਰਾਂ 'ਚ ਬਹੁਤ ਵਧੀਆ ਸਪੋਰਟ ਮਿਲ ਰਹੀ। ਪਿੰਡਾਂ 'ਚ ਜ਼ਰੂਰ ਕੋਈ ਚੈਲੇਂਜ ਸਾਨੂੰ ਆਇਆ, ਉਹਦੇ ਕਈ ਕਾਰਨ ਨੇ, ਸ਼ਾਇਦ ਸਾਡੇ 'ਚ ਕਮੀ ਰਹੀ ਸਮਝਾਉਣ 'ਚ। ਪਰ ਮੈਂ ਕਹਿਣਾ ਚਾਹਾਂਗਾ, ਜਿੰਨਾ ਕੰਮ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਹੈ, ਉਹਨਾਂ ਕੋਈ ਸਰਕਾਰ ਅੱਜ ਤੱਕ ਕਰ ਨਹੀਂ ਪਾਈ। ਕਾਂਗਰਸ ਦੇ ਟਾਈਮ 'ਤੇ ਬਜਟ 2014 ਸੀਗਾ 27,662 ਕਰੋੜ, ਅੱਜ ਹੈ 1,25,000 ਕਰੋੜ, ਮਤਲਬ ਕਿ 4.5 ਗੁਣਾ ਜ਼ਿਆਦਾ। MSP ਦੀ ਗੱਲ ਆਉਂਦੀ ਹੈ, MSP ਦੀ ਖਰੀਦ ਕਾਂਗਰਸ ਦੇ 10 ਸਾਲਾਂ 'ਚ ਹੋਈ 5.5 ਲੱਖ ਕਰੋੜ ਦੀ, ਮੋਦੀ ਸਰਕਾਰ ਦੇ 10 ਸਾਲਾਂ 'ਚ ਹੋਈ 18,40,000 ਕਰੋੜ ਦੀ। ਗੇਹੂੰ ਖਰੀਦਿਆ ਕਾਂਗਰਸ ਨੇ 2,80,000 ਕਰੋੜ ਦਾ, ਮੋਦੀ ਸਰਕਾਰ ਨੇ ਖਰੀਦਿਆ 12,40,000 ਕਰੋੜ ਦਾ। ਫਿਰ ਬੈਂਕਾਂ ਤੋਂ ਜਿਹੜੇ ਪੈਸੇ ਸੀ ਉਹ 2014 'ਚ ਕਾਂਗਰਸ ਦੀ ਸਰਕਾਰ 'ਚ ਮਿਲੇ 7,30,000 ਕਰੋੜ, ਸਾਡੇ ਮਿਲੇ 21 ਲੱਖ ਕਰੋੜ, 3 ਗੁਣਾ ਜ਼ਿਆਦਾ। ਤੀਸਰਾ ਆਉਂਦਾ ਫਸਲ ਬੀਮਾ ਯੋਜਨਾ ਦਾ ਲਾਭ, ਕਾਂਗਰਸ ਦੇ ਟਾਈਮ 'ਤੇ ਕੋਈ ਨਹੀਂ ਮਿਲਿਆ, ਸਾਡੇ ਇੱਥੇ ਲਾਭ ਕੁੱਲ ਮਿਲਾ ਕੇ 1,54,000 ਕਰੋੜ ਪਿਆ,
ਸਾਡੇ ਉਹ ਫਸਲ ਬੀਮਾ ਯੋਜਨਾ ਦਾ ਉਹਨਾਂ ਨੂੰ ਫਾਇਦਾ ਮਿਲਿਆ, ਮੁਆਵਜ਼ਾ ਮਿਲਿਆ। ਤੁਸੀਂ ਹਰ ਜਗ੍ਹਾ ਦੇਖੋਗੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਡੇਢ ਗੁਣਾ ਜ਼ਿਆਦਾ ਲਾਗਤ ਪਲੱਸ 50% ਘੱਟ ਤੋਂ ਘੱਟ ਮੁਨਾਫਾ ਦਿੱਤਾ। ਫਿਰ ਇਹਦਾ ਮਤਲਬ ਜਾਂ ਤਾਂ ਦੇਖੋ, ਇੱਕ ਤਾਂ ਉਹ MSP ਦੀ ਗਰੰਟੀ ਵਾਲਾ ਮੁੱਦਾ ਜਿਹੜਾ ਉਹ ਬਹੁਤ ਹੌਟ ਹੈਗਾ ਕਿ ਉਹ ਡਿਮਾਂਡ ਉਹ ਕਰ ਰਿਹਾ ਕਿ ਉਹਨੂੰ ਲੀਗਲ ਗਰੰਟੀ। ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਨੇ ਇਹ ਆਪਣੇ ਮੈਨੀਫੈਸਟੋ 'ਚ ਐਲਾਨ ਕੀਤਾ ਹੈ ਕਿ ਉਹ ਲੀਗਲ ਗਰੰਟੀ, ਕਾਨੂੰਨੀ ਗਰੰਟੀ ਜਿਹੜੀ ਹੈ ਉਹ ਦੇਣਗੇ। ਅਤੇ ਤੁਸੀਂ ਇਹ ਜਿਹੜਾ ਜੋ ਕੁਛ ਕੀਤਾ ਇਹਦਾ ਮਤਲਬ ਜਦੋਂ ਕਦੇ ਕਮਿਊਨੀਕੇਸ਼ਨ ਗੈਪ ਹੈ, ਕਿਸ ਤਰ੍ਹਾਂ ਵੀ ਉਹਨਾਂ ਨੂੰ ਕਨਵੇ ਕਿਉਂ ਨਹੀਂ ਹੋ ਰਿਹਾ, ਉਹ ਸੈਟਿਸਫਾਈ ਨਹੀਂ ਹੋ ਰਹੇ ਫਿਰ ਵੀ ਫਾਰਮਰਸ? ਦੇਖੋ ਪੂਰੇ ਦੇਸ਼ ਕਿੱਥੇ ਪ੍ਰੋਬਲਮ ਹੈ, ਕੇਵਲ ਇੱਕ ਸੂਬੇ 'ਚ ਉਹ ਫਾਰਮਰ ਦੀ ਘੱਟ ਪੋਲੀਟੀਕਲ ਜ਼ਿਆਦਾ ਦੇਖਦੀ ਹੈ, ਕਿਉਂਕਿ ਇਹਨਾਂ 'ਚੋਂ ਬਹੁਤ ਬੰਦੇ ਨੇ ਆਪਣੇ ਚੁਣਾਵ ਵੀ ਲੜੇ, ਚੁਣਾਵਾਂ ਦੇ ਨਤੀਜੇ ਸਾਰੇ ਦੇਸ਼ ਨੇ ਵੇਖੇ ਕੀ ਹਾਲ ਹੋਏ ਨੇ। ਹੁਣ ਮੋਦੀ ਸਰਕਾਰ ਨੇ ਤਾਂ ਗੱਲਬਾਤ 'ਚ ਕਦੇ ਕੋਈ ਕਮੀ ਨਹੀਂ ਛੱਡੀ, ਹਰ ਵਾਰ ਜਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਗੱਲਾਂ ਵੀ ਕੀਤੀਆਂ। ਤੁਸੀਂ ਅੱਜ 4 ਡਿਮਾਂਡ ਰੱਖਦੇ ਹੋ, ਅਸੀਂ 3 ਮੰਨਦੇ, ਤੁਸੀਂ 1 ਵੱਜਦੇ, ਤੁਸੀਂ 4 ਹੋਰ ਐਡ ਕਰ ਦਿੰਦੇ ਹੋ, ਕਰਦੇ ਕਰਦੇ 25 ਹੋ ਗਈ, 25 ਚ ਜੇ 20 ਮੰਨ ਲਈਏ ਤੁਸੀਂ 5 ਫੇਰ ਤਿਆੜੇ ਹੋ। ਕਾਂਗਰਸ MSP ਦੀ ਗੱਲ ਕਰਦੀ ਹੈ, ਕਾਂਗਰਸ ਦੇ ਟਾਈਮ 'ਤੇ ਸਵਾਮੀਨਾਥਨ ਕਮੇਟੀ ਰਿਪੋਰਟ ਆਈ 2006 'ਚ ਆ ਗਈ, 8 ਸਾਲ ਇਹਨਾਂ ਦੀ ਸਰਕਾਰ ਰਹੀ, ਇਹਨਾਂ ਨੇ ਲਾਗੂ ਨਹੀਂ ਕੀਤੀ, ਮੋਦੀ ਸਰਕਾਰ ਨੇ ਲਾਗੂ ਕੀਤੀ। ਜੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕਰ ਪਾਏ ਲਾਗਤ ਪਲੱਸ 50%, ਤਾਂ ਇਹਨਾਂ ਬਾਕੀ ਕੀ ਕਰਨਾ ਸੀ? ਪਹਿਲੀ ਗੱਲ ਹੈ, ਇਹ ਕਾਨੂੰਨ ਨਹੀਂ ਬਣਾਉਣਾ ਚਾਹੁੰਦੇ ਸੀ। ਦੂਸਰਾ, ਜਿਹੜਾ MSP ਤਾਂ ਕਹਿੰਦੇ 60 ਸਾਲ ਕਾਂਗਰਸ ਦੀ ਸਰਕਾਰ ਰਹੀ, ਕਿਉਂ ਨਹੀਂ MSP ਬਣਾਈ? ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਪ੍ਰਦੇਸ਼ ਇਹਨਾਂ ਦੀ ਸਰਕਾਰ ਸੀ, ਕਿਉਂ ਨਹੀਂ ਕੀਤਾ? ਭਗਵੰਤ ਮਾਨ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਜਦੋਂ ਕਹਿੰਦੇ ਸੀ ਹਮਾਰੀ ਸਰਕਾਰ ਬਣਾਓ, ਆਮ ਆਦਮੀ ਪਾਰਟੀ ਕੀ, ਅਗਰ ਦਿੱਲੀ ਕੀ ਸਰਕਾਰ ਨਹੀਂ ਖਰੀਦੇਗੀ ਤੋ ਹਮ ਮਿਨੀਮਮ ਸਪੋਰਟ ਪ੍ਰਾਈਸ 'ਤੇ ਖਰੀਦਾਂਗੇ। 1 ਰੁਪਈਏ ਦੀ ਖਰੀਦ ਨਹੀਂ ਕੀਤੀ ਭਗਵੰਤ ਮਾਨ ਨੇ। ਇੱਕ ਕਮੇਡੀਅਨ CM ਬਣ ਜਾਵੇ ਜਾਂ ਫਿਰ ਇੱਕ ਆਰਟਿਸਟ CM ਬਣ ਜਾਵੇ, ਉਹ ਖੁਸ਼ੀ ਦੀ ਗੱਲ ਹੈ ਕਿ ਚਲੋ ਬੰਦਾ ਇੱਕ ਫੀਲਡ ਤੋਂ ਦੂਸਰੀ ਫੀਲਡ 'ਚ ਹੈ, ਪਰ ਤੁਸੀਂ ਲੋਕਾਂ ਦਾ ਮਜ਼ਾਕ ਨਹੀਂ ਉਡਾ ਸਕਦੇ। ਤੁਹਾਨੂੰ ਆਪਣੇ ਕੰਮ ਦੇ ਪ੍ਰਤੀ ਜਾਗਰੂਕ ਹੋਣਾ ਪਏਗਾ, ਸੱਚਾ ਹੋਣਾ ਪਏਗਾ। ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ, ਅਸੀਂ ਪੂਰਾ MSP ਦੇਵਾਂਗੇ, 1 ਰੁਪਈਏ ਦੀ MSP ਨਹੀਂ ਦਿੱਤੀ ਪੰਜਾਬ ਨੇ। ਮੇਰਾ ਸਵਾਲ ਹੈ ਕਿਉਂ ਨਹੀਂ ਦਿੱਤੀ? ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਜਿਹੜੇ ਅੰਦੋਲਨ ਦੀ ਵੀ ਹੈ? ਵੈਸੇ ਜਿਹੜੀ ਭਗਵੰਤ ਮਾਨ ਸਰਕਾਰ ਹੈ, ਕਿਉਂਕਿ ਉਹ ਵੀ ਤੁਹਾਡੇ ਬਰਾਬਰ ਭਿੜ ਰਹੀ ਹੈ ਇਲੈਕਸ਼ਨ 'ਚ, ਉਹਦੀ ਕਾਰਗੁਜ਼ਾਰੀ ਬਾਰੇ ਕੀ ਓਵਰਆਲ ਵਿਊ ਕੀ ਹੈ ਤੁਹਾਡਾ? ਓਵਰਆਲ ਤਾਂ ਇਹ ਨਹੀਂ ਪਤਾ ਲੱਗਦਾ, ਜਿੱਦਾਂ UPA ਦੀ ਸਰਕਾਰ ਸੀ, ਰਿਮੋਟ ਕੰਟਰੋਲ ਪਤਾ ਸੀ ਸੋਨੀਆ ਗਾਂਧੀ ਦੇ ਹੱਥ 'ਤੇ, ਪ੍ਰਾਈਮ ਮਿਨਿਸਟਰ ਕੋਈ ਹੋਰ ਸੀ, ਇੱਥੇ CM ਕੋਈ ਹੋਰ ਹੈ, ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਹੈ। ਪੰਜਾਬ ਵਰਗਾ ਸੂਬਾ ਰਿਮੋਟ ਕੰਟਰੋਲ ਨਾਲ ਚੱਲੇ, ਇਹਦੇ ਨਾਲ ਵੱਡੀ ਲਾਹਨਤ ਨਹੀਂ ਹੋਣੀ। ਕੀ ਲੱਗਦਾ ਤੁਹਾਡੀ ਜਿਹੜੀ ਪੰਜਾਬ ਦੇ ਵਿੱਚ ਕਿਹਦੇ ਨਾਲ ਮੇਨ ਮੁਕਾਬਲਾ ਔਰ ਕਿੰਨੀਆਂ ਸੀਟਾਂ ਐਕਸਪੈਕਟ ਕਰਦੇ ਹੋ? ਮੇਨ ਮੁਕਾਬਲਾ ਕਾਂਗਰਸ ਦੇ ਨਾਲ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬਹੁਤ ਖਫਾ ਨੇ, ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਕਿ ਜਿਹੜੇ ਵਾਅਦੇ ਕੀਤੇ ਪੂਰੇ ਨਹੀਂ ਕੀਤੇ, ਅਤੇ ਸਰਕਾਰ ਨਾਮ ਦੀ ਕੋਈ ਚੀਜ਼ ਹੈ ਨਹੀਂ। ਹਰਿਆਣੇ ਦੀ, ਕਿਉਂਕਿ ਪਿਛਲੇ ਸਮੇਂ 'ਚ ਤੁਹਾਨੂੰ ਜਿਹੜਾ ਚੀਫ ਮਿਨਿਸਟਰ ਵੀ ਬਦਲੇ ਆ ਤੁਸੀਂ, ਕਾਫੀ ਕੁਛ ਰੱਦੋ ਬਦਲ ਕੀਤੀ, ਅਤੇ ਉਸ ਤੋਂ ਬਾਅਦ ਟੁੱਟ ਭੱਜ ਵੀ ਕਾਫੀ ਹੋਈ ਹੈ, ਵੈਸੇ ਤਾਂ ਸਾਰੇ ਹੀ ਹੋਈ ਹੈ ਇਸ ਵਾਰ, ਦਲ ਬਦਲੀਆਂ ਜਿਹੜੀਆਂ ਬਹੁਤ ਜ਼ਿਆਦਾ ਹੋਈਆਂ ਨੇ, ਅਤੇ ਤੁਸੀਂ ਵੀ ਜਿਹੜੇ ਦਲ ਬਦਲੀਆਂ ਵਾਲੇ ਕੈਂਡੀਡੇਟ ਜਿਹੜੇ ਖੜ੍ਹੇ ਕੀਤੇ ਨੇ ਪੰਜਾਬ 'ਚ, ਪਰ ਹਰਿਆਣੇ 'ਚ ਤਾਂ ਤੁਸੀਂ CM ਵੀ ਬਦਲਤਾ,
ਅਤੇ ਉਹਦਾ ਤੁਹਾਨੂੰ ਲੱਗਦਾ ਕਿ ਉਹਦਾ ਆਊਟਪੁੱਟ ਹੋਏਗਾ ਅਤੇ ਹਰਿਆਣੇ 'ਚ ਕੀ ਸੀਨ ਹੈ ਅਤੇ ਕਿੰਨੀਆਂ ਸੀਟਾਂ ਐਕਸਪੈਕਟ ਕਰਦੇ ਹੋ ਹਰਿਆਣੇ 'ਚ? ਹਰਿਆਣੇ 'ਚ ਵੀ ਸਾਡੀ ਪਰਫੋਰਮੈਂਸ ਬਹੁਤ ਚੰਗੀ ਰਹੇਗੀ। ਤੁਸੀਂ ਠੀਕ ਕਿਹਾ ਕਿ CM ਬਦਲਿਆ, ਲੇਕਿਨ ਇਹ ਵੀ ਦੇਖੋ ਕਿ ਹਰਿਆਣੇ ਦੇ ਵਿੱਚ ਸਾਡੀ ਕਦੇ ਸਰਕਾਰ ਆਪਣੇ ਦਮ ਤਾਂ ਆਉਣ ਦੀ ਗੱਲ ਦੂਰ, ਸਾਡੀ ਗਿਣੀ ਚੁਣੀਆਂ ਸੀਟਾਂ ਹੁੰਦੀ ਸੀ ਕੋਲੀਸ਼ਨ 'ਚ। ਅਸੀਂ ਆਪਣੇ ਦਮਖਮ 'ਤੇ ਸਰਕਾਰ ਪਹਿਲੀ ਵਾਰੀ 2014 'ਚ ਬਣਾਈ, ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਲੋਕ ਸਭਾ ਦੀ ਸੀਟਾਂ ਵੀ ਰਿਕਾਰਡ ਜਿੱਤੀਆਂ। ਮੇਰਾ ਆਪਣਾ ਮੰਨਣਾ ਹੈ ਕਿ ਇਸ ਵਾਰ ਫਿਰ ਮੋਦੀ ਜੀ ਦੇ ਨਾਮ 'ਤੇ ਠੀਕ ਠਾਕ ਵੋਟ ਪਈ ਹੋਣੀ। ਹਾਲਾਂਕਿ ਜਿਹੜਾ ਤੁਸੀਂ ਕਿਹਾ ਕਿ ਅੰਦੋਲਨ ਕਰਕੇ ਜਾਂ ਕਿਸਾਨਾਂ ਦੇ ਨਾਮ 'ਤੇ ਆਪਣੀ ਰਾਜਨੀਤੀ ਕਰਨ ਦਾ ਕੰਮ ਕੁਛ ਰਾਜਨੀਤਿਕ ਦਲਾਂ ਨੇ ਕੀਤਾ ਹੈ, ਉਹਦਾ ਥੋੜ੍ਹਾ ਬਹੁਤ ਨੁਕਸਾਨ ਜ਼ਰੂਰ ਹੋਏਗਾ, ਲੇਕਿਨ ਕੁੱਲ ਮਿਲਾ ਕੇ ਪਰਫੋਰਮੈਂਸ ਚੰਗੀ ਰਹੇਗੀ। ਅਕਾਲੀ ਦਲ ਨਾਲ ਤੁਹਾਡਾ ਪਹਿਲਾਂ ਅਲਾਇੰਸ ਸੀਗਾ, ਫਿਰ ਟੁੱਟ ਗਿਆ, ਫਿਰ ਗੱਲਬਾਤ ਚੱਲਦੀ ਰਹੀ, ਮਤਲਬ ਇਸ ਤਰ੍ਹਾਂ ਲੱਗ ਰਿਹਾ ਸੀ। ਅਮਿਤ ਸ਼ਾਹ ਜੀ ਨੇ ਇੱਕ ਦੋ ਵਾਰ ਪਬਲਿਕਲੀ ਕਿਹਾ ਵੀ ਸਾਡੀ ਗੱਲਬਾਤ ਚੱਲ ਰਹੀ ਹੈ, ਪਰ ਉਹ ਸਿਰੇ ਨਹੀਂ ਲੱਗੀ ਫਿਰ, ਅਤੇ ਉਹ ਕੀ ਕਾਰਨ ਸੀਗੇ ਅਤੇ ਕੀ ਦੇਖਦੇ ਹੋ ਤੁਸੀਂ? ਉਹਦਾ ਤੁਹਾਨੂੰ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ? ਮੇਰੇ ਖਿਆਲ ਨਫ਼ਾ ਨੁਕਸਾਨ ਨਾਲੋਂ ਜ਼ਿਆਦਾ ਕਈ ਵਾਰ ਦੇਸ਼ ਹਿੱਤ ਜ਼ਿਆਦਾ ਜ਼ਰੂਰੀ ਹੈ। ਅਸੀਂ ਪੰਜਾਬ 'ਚ ਕੋਲੀਸ਼ਨ ਕਈ ਸਾਲਾਂ ਦਾ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੀਗੇ, ਟੋਡਾ ਜੀ ਸੀ, ਬਰਨਾਲਾ ਜੀ ਸਾਰੇ ਉਸ ਟਾਈਮ ਤੋਂ ਲੈ ਕੇ, ਬਾਅਦ 'ਚੋਂ ਤਾਂ ਬਾਦਲ ਪਰਿਵਾਰ ਦਾ ਹੀ ਜ਼ਿਆਦਾ ਰੁਤਬਾ ਉਹਦੇ 'ਤੇ ਵੱਧ ਗਿਆ। ਉਸ ਵਕਤ ਢੀਂਡਸਾ ਸਾਹਿਬ ਵਗੈਰਾ ਬਾਕੀ ਛੱਡ ਕੇ ਚਲੇ ਗਏ। ਇੱਕ ਟਾਈਮ ਇਹੋ ਜਿਹਾ ਆਇਆ ਜਦੋਂ ਤੁਸੀਂ ਲੰਬੇ ਕੋਲੀਸ਼ਨ ਪਾਰਟਨਰ ਦੇ ਦੌਰਾਨ ਕਿਸੇ ਵੀ ਰਿਸ਼ਤੇ 'ਚ ਖਰਾਬ ਅੱਛੇ ਦਿਨ ਆਉਂਦੇ ਹੈ, ਬਟ ਉਹ ਤਾਂ ਹੀ ਮੈਰਿਜ ਜਾਂ ਕੋਈ ਵੀ ਰਿਲੇਸ਼ਨਸ਼ਿਪ ਸਰਵਾਈਵ ਕਰਦਾ ਹੈ ਜੋ ਤੁਸੀਂ ਅਪਸ ਐਂਡ ਡਾਊਨਸ ਦੇ ਵਿੱਚ ਸਾਥੀ ਬਣੇ ਰਹਿੰਦੇ ਹੋ। ਤੁਸੀਂ ਪ੍ਰੈਸ਼ਰ ਨਹੀਂ ਲੈ ਪਾਏ, ਤੁਸੀਂ ਸਮਝਾ ਨਹੀਂ ਪਾਏ, ਅੱਜ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਕ੍ਰੈਡੀਬਿਲਟੀ ਨਹੀਂ ਹੈ। ਥੋੜ੍ਹਾ ਬਹੁਤ ਅਕਾਲੀ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਨਹੀਂ ਹੈ, ਇਸ ਕਰਕੇ ਜ਼ਮੀਨ 'ਤੇ ਕਿਤੇ ਨਜ਼ਰ ਨਹੀਂ ਆਉਂਦਾ। ਇੱਕ ਜਿਹੜਾ ਅਟੈਕ ਹੋ ਰਿਹਾ ਦੂਸਰੇ ਜਿਹੜੇ ਵਿਰੋਧੀ ਪਾਰਟੀਆਂ ਵੱਲੋਂ, ਦੋ ਮੁੱਦਿਆਂ 'ਤੇ ਹੋ ਰਿਹਾ। ਇੱਕ ਤਾਂ ਇਹ ਹੈ ਕਿ ਤੁਸੀਂ ਕਮਿਊਨਲ ਪੋਲੀਟਿਕਸ ਜਿਹੜੀ ਹੈ ਹਿੰਦੂ ਰਾਜ ਦੀ ਜਾਂ ਕਮਿਊਨਲ ਪੋਲੀਟਿਕਸ ਨੂੰ ਹਵਾ ਦਿੰਦੇ ਹੋ, ਇਹ ਆਮ ਤੌਰ 'ਤੇ ਦੋਸ਼ ਜਿਹੜਾ ਤੁਸੀਂ ਲਾਉਂਦੇ। ਦੂਸਰਾ ਉਹ ਇਹ ਕਹਿ ਰਹੇ ਆ ਜਿਹੜੀ ਐਪਰੀਹੈਂਸ਼ਨ ਲੋਕਾਂ 'ਚ ਬੜਾ ਇਹ ਬਣਿਆ ਵੀ ਜੇ ਇਸ ਵਾਰ ਮੋਦੀ ਸਰਕਾਰ ਬਣ ਗਈ ਤਾਂ ਮੁੜ ਕੇ ਇਲੈਕਸ਼ਨਾਂ ਨਹੀਂ ਹੋਣੀਆਂ, ਕੰਸਟੀਟਿਊਸ਼ਨ ਚੇਂਜ ਹੋ ਜਾਏਗਾ, ਮਤਲਬ ਇਹ ਦੋ ਮੁੱਦੇ ਜਿਹੜੇ ਬੜੇ। ਮੋਦੀ ਜੀ ਸੰਵਿਧਾਨਿਕ ਸੰਸਥਾਵਾਂ ਦਾ ਅਤੇ ਸਿਸਟਮ ਦਾ ਬਹੁਤ ਸਨਮਾਨ ਕਰਦੇ ਹੈ, ਅਤੇ ਸੰਵਿਧਾਨ ਦਾ ਵੀ। ਜਦੋਂ MP ਬਣ ਕੇ ਆਏ ਅਤੇ PM ਦੀ ਸ਼ਪਥ ਲਿੱਤੀ, ਪਾਰਲੀਮੈਂਟ 'ਚ ਆਏ ਤਾਂ ਸਾਰਿਆਂ ਨੂੰ ਪਹਿਲਾ ਕੰਮ ਸੰਵਿਧਾਨ ਦਾ ਅੱਗੇ ਮੱਥਾ ਟੇਕਿਆ ਅਤੇ ਕਿਹਾ ਕਿ ਮੈਂ ਦੇਸ਼ ਸੰਵਿਧਾਨ ਕੇ ਅਨੁਸਾਰ ਚਲਾਊਂਗਾ, ਸਭ ਕਾ ਸਾਥ ਸਭ ਕਾ ਵਿਕਾਸ ਕਰਵਾਊਂਗਾ। 10 ਸਾਲਾਂ 'ਚ ਕੋਈ ਇੱਕ ਬੰਦਾ ਕਵੇ ਕਿ ਕਿਸੇ ਨੂੰ ਮੋਦੀ ਜੀ ਨੇ ਪੁੱਛਿਆ ਹਿੰਦੂ ਮੁਸਲਮਾਨ ਹੋ, ਇਹ ਸਕੀਮ ਕਾ ਲਾਭ ਮਿਲੇਗਾ, ਉਸਕਾ ਨਹੀਂ ਮਿਲੇਗਾ, ਕਦੇ ਕਿਹਾ, ਕਦੇ ਨਹੀਂ। 4 crore ਪੱਕੇ ਮਕਾਨ ਬਣਾਏ, 12 crore ਸ਼ੌਚਾਲਿਆ ਬਣਾਏ, 13 crore ਘਰਾਂ ਨੂੰ ਨਲ ਤੋਂ ਜਲ ਦਿੱਤਾ, 11 crore ਭੈਣਾਂ ਨੂੰ ਰਸੋਈ ਗੈਸ ਦਾ ਸਿਲੰਡਰ ਅਤੇ ਚੁੱਲ੍ਹਾ ਮੁਫਤ 'ਚ ਦਿੱਤਾ, 60 crore ਲੋਕਾਂ ਨੂੰ ਮੁਫਤ 'ਚ ਇਲਾਜ ਦਿੱਤਾ, 80 crore ਲੋਕਾਂ ਨੂੰ ਮੁਫਤ 'ਚ ਅਨਾਜ ਦਿੱਤਾ, 1 crore ਭੈਣਾਂ ਨੂੰ ਲੱਖਪਤੀ ਦੀਦੀ ਬਣਾਇਆ, 220 crore ਵੈਕਸੀਨ ਮੁਫਤ 'ਚ ਲਗਾਈ, 6,000 ਰੁਪਇਆ ਕਿਸਾਨਾਂ ਨੂੰ ਹਰ ਸਾਲ ਦਿੱਤਾ। ਕਿਸੇ 'ਚ ਨਹੀਂ ਪੁੱਛਿਆ
ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਪਹਿਲੀ ਗੱਲ। ਦੂਸਰਾ, ਕੋਈ ਕਿਸੇ ਵੀ ਧਰਮ ਨੂੰ ਫੋਲੋ ਕਰਦਾ, ਕਿਸੇ ਦੇ ਧਰਮ ਦੇ ਖਿਲਾਫ਼ ਕਦੇ ਕੁਛ ਨਹੀਂ ਕੀਤਾ, ਆਪਣਾ ਫਰੀਡਮ ਆਫ ਫੇਥ ਉਹਨੂੰ ਕੀਤਾ। ਤੀਸਰੀ ਗੱਲ, BJP ਨਹੀਂ ਕਰਦੀ, ਇਹ ਕਾਂਗਰਸ ਸ਼ੁਰੂ ਕਰਦੀ ਹੈ। ਕਾਂਗਰਸ ਦੀ ਫਾਊਂਡੇਸ਼ਨ ਹੀ ਇਸ ਆਧਾਰ 'ਤੇ ਬਣੀ ਹੈ, ਅੰਗਰੇਜ਼ ਬਣਾ ਕੇ ਗਏ ਓਵਾਈ ਹੂਮਸ, ਅਤੇ ਉਹ ਇਹੀ ਕਰਕੇ ਗਏ ਕਿ ਬਾਂਟੋ ਔਰ ਰਾਜ ਕਰੋ। ਅਤੇ ਕਾਂਗਰਸ ਅੱਜ ਤੱਕ ਅੰਗਰੇਜ਼ਾਂ ਦੀ ਮਾਨਸਿਕਤਾ ਲੈ ਕੇ ਚੱਲਦੀ ਹੈ, ਜਾਤੀਵਾਦ, ਖੇਤਰਵਾਦ, ਪਰਿਵਾਰਵਾਦ, ਇਹ ਸਭ ਉਸੇ ਲਾਈਨ 'ਤੇ ਹੈ। ਤੁਸੀਂ ਮੈਨੂੰ ਦੱਸੋ, ਅਸੀਂ ਕਦੋਂ ਕਿਹਾ ਕਿ SC ST OBC ਦਾ ਰਿਜ਼ਰਵੇਸ਼ਨ ਦਾ 5% ਕੋਟਾ ਘਟਾ ਕੇ ਮੁਸਲਿਮ ਨੂੰ ਦੇ ਦਿਓ? ਕਾਂਗਰਸ ਨੇ ਦਿੱਤਾ, ਇਹਨਾਂ ਨੇ ਸ਼ੁਰੂ ਕੀਤਾ। ਅਸੀਂ ਕੀ ਲੋਕਾਂ ਨੂੰ ਜਾਗਰੂਕ ਵੀ ਨਾ ਕਰੀਏ ਕਿ ਧਰਮ ਦੇ ਆਧਾਰ 'ਤੇ ਇਹਨਾਂ ਨੇ ਕੀਤਾ? ਜੇ 2-3 ਸਟੇਟਾਂ 'ਚ ਕਰਤਾ, ਹਿਮਾਚਲ 'ਚ ਕਰਨ ਦੀ ਤਿਆਰੀ ਹੈ ਤਾਂ ਦੱਸਣਾ ਜ਼ਰੂਰੀ ਹੈ। ਦੂਸਰਾ, ਸੰਵਿਧਾਨ ਦਿਵਸ ਅਸੀਂ ਮਨਾਇਆ ਆ ਕੇ 26 ਨਵੰਬਰ ਹਰ ਸਾਲ ਸੰਵਿਧਾਨ ਦਿਵਸ ਮੋਦੀ ਸਰਕਾਰ ਮਨਾਉਂਦੀ ਹੈ, ਪਾਰਲੀਮੈਂਟ 'ਚ ਪ੍ਰੋਗਰਾਮ ਹੁੰਦਾ, ਬੱਚੇ ਜਿਹੜੇ ਬਾਹਰ ਆਉਂਦੇ ਉਹਨਾਂ ਦਾ ਵੀ ਕਰਦੇ ਹਾਂ। ਇਸ ਤੋਂ ਇਲਾਵਾ ਭੀਮ ਰਾਮ ਅੰਬੇਦਕਰ ਜੀ ਦਾ ਪੰਚ ਤੀਰਥ, ਉਹਨਾਂ ਦੀ ਜਨਮ ਭੂਮੀ, ਸ਼ਿਕਸ਼ਾ ਭੂਮੀ, ਦੀਕਸ਼ਾ ਭੂਮੀ, ਚੈਤ ਭੂਮੀ ਅਤੇ ਮਹਾਪਰਿਨਿਰਵਾਣ ਭੂਮੀ, ਨਾਗਪੁਰ, ਮਊ, ਮੁੰਬਈ, ਦਿੱਲੀ, ਕਲਕੱਤਾ, ਜਿਹੜੀ ਜ਼ਮੀਨਾਂ ਨਹੀਂ ਵੀ ਸੀਗੀਆਂ ਉਹ ਵਾਪਿਸ ਖਰੀਦੀਆਂ ਹੈ। ਇੰਦੂ ਮਿਲਸ ਖਰੀਦੀ ਹੈ 400 ਕਰੋੜ ਦੀ ਜ਼ਮੀਨ, ਫਿਰ ਇੰਗਲੈਂਡ 'ਚ ਘਰ ਖਰੀਦਿਆ ਬਾਬਾ ਸਾਹਿਬ ਅੰਬੇਦਕਰ ਦੇ ਸਨਮਾਨ ਦੇਣ ਲਈ। ਜਿੰਨੀਆਂ ਸਕੀਮਾਂ ਸਾਡੀਆਂ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਹੋਵੇ ਅਤੇ PM ਕਿਸਾਨ ਸਨਮਾਨ ਨਿਧੀ ਹੋਵੇ, ਇਹਦੇ 'ਚ 71% ਲਾਭਾਰਥੀ ਜਿਹੜੇ ਨੇ ਉਹ SC ST OBC ਹੈ। ਮੁਦਰਾ ਯੋਜਨਾ ਦੇ ਲਾਭਾਰਥੀ 54% SC ST OBC ਹੈ। ਪੱਕੇ ਮਕਾਨ ਜਿਹੜੇ ਮਿਲੇ ਉਹਦੇ 52% ਲਾਭਾਰਥੀ SC ST ਨੇ, ਅਤੇ ਜਿਹੜੇ ਸਾਡੇ 1-2 ਸਕੀਮਾਂ ਹੋਰ ਨੇ ਉਹਨਾਂ ਦੇ ਵੀ ਲਾਭਾਰਥੀ ਸਕੋਲਰਸ਼ਿਪ 58% SC ST OBC ਹੈ। ਤੁਸੀਂ ਦੇਸ਼ ਦੇ ਰਾਸ਼ਟਰਪਤੀ ਬਣੇ ਰਾਮਨਾਥ ਕੋਵਿੰਦ ਜੀ SC ਸਮਾਜ ਤੋਂ, ਸ਼੍ਰੀਮਤੀ ਦ੍ਰੌਪਦੀ ਮੁਰਮੂ ਬਣੀ ST ਸਮਾਜ ਤੋਂ, OBC ਸਮਾਜ ਤੋਂ ਮੋਦੀ ਜੀ ਆਉਂਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਇਸ ਤੋਂ ਵੱਡਾ ਉਦਾਹਰਣ ਕੀ ਹੋਣਾ ਹੈ? ਵੈਸੇ ਤੁਹਾਡੀ ਯਾਦਾਸ਼ਤ ਬਹੁਤ ਹੈ, ਅੰਕੜੇ ਬਹੁਤ ਅੱਛੇ ਯਾਦ ਕਰਦੇ ਰੱਖਦੇ ਹੋ ਤੁਸੀਂ। ਅੱਛਾ, 2 ਸਵਾਲ ਲਾਸਟ ਸੀ। ਇੱਕ ਤਾਂ ਚੰਡੀਗੜ੍ਹ ਅਤੇ ਦਿੱਲੀ 'ਚ ਅਲਾਇੰਸ ਹੈਗਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ, ਕਿ ਇਸ ਨਵੀਂ ਸਿਚੁਏਸ਼ਨ 'ਚ ਤੁਹਾਨੂੰ ਕਿੰਨਾ ਕੁ ਚੈਲੇਂਜ ਲੱਗਦਾ ਹੈ ਇਸ ਤਰ੍ਹਾਂ? ਦੂਜਾ ਲਾਸਟ ਜਿਹੜਾ ਨਾਲ ਹੀ ਕਰ ਦੇਣਾ, ਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਉਂ ਕੀ ਕਹੋਗੇ ਕਿ ਕਿਉਂ BJP ਨੂੰ ਵੋਟ ਦਿਓ? ਪਹਿਲੀ ਗੱਲ, ਦਿੱਲੀ 'ਚ 7-ਤੋਂ 7 ਸੀਟਾਂ ਫਿਰ ਇੱਕ ਵਾਰ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ। ਮੈਂ ਤੁਹਾਡੇ ਚੈਨਲ 'ਤੇ ਕਹਿ ਕੇ ਜਾ ਰਿਹਾ, ਜਿਸ ਦਿਨ ਰਿਜ਼ਲਟ ਆਏਗਾ ਅਸੀਂ ਫਿਰ ਇੱਕ ਵਾਰੀ ਗੱਲ ਕਰਾਂਗੇ। ਦੂਸਰਾ, ਪੰਜਾਬ ਦੇ ਜਨਤਾ ਨੂੰ ਮੈਂ ਕਹਿਣਾ ਚਾਹਾਂਗਾ, ਪੰਜਾਬ ਨੇ ਬਹੁਤ ਕੁਛ ਵੇਖਿਆ, ਆਤੰਕਵਾਦ ਵੀ ਵੇਖਿਆ, ਪਾਰਟੀਸ਼ਨ ਵੀ ਵੇਖਿਆ, ਅਤੇ ਹੁਣ ਪਲਾਇਨ ਵੀ ਵੇਖਿਆ। ਪਲਾਇਨ ਬਾਰੇ ਕੋਈ ਗੱਲ ਨਹੀਂ ਕਰਦਾ, ਮੈਂ ਇਧਰ ਹੀ ਕਹਿ ਰਿਹਾ, ਪਾਰਟੀਸ਼ਨ ਵੀ ਦੇਖਿਆ, ਆਤੰਕਵਾਦ ਵੀ ਦੇਖਿਆ, ਅਤੇ ਹੁਣ ਪਲਾਇਨ ਵੀ ਵੇਖ ਰਹੇ, ਅਤੇ ਤਿੰਨਾਂ ਦਾ ਨੁਕਸਾਨ ਪੰਜਾਬ ਨੇ ਝੇਲਿਆ। ਪਰ ਇੱਕ ਹੋਰ ਚੀਜ਼ ਦਾ ਪੰਜਾਬ ਦੀ ਪੋਲੀਟਿਕਸ ਦਾ ਵੀ ਝੇਲਿਆ, ਜਿਹੜੀ ਗਿਰਾਵਟ ਆਈ ਹੈ ਪਿਛਲੇ 7-8-10 ਸਾਲਾਂ 'ਚ, ਲੀਡਰਸ਼ਿਪ ਦਾ ਵੈਕਿਊਮ ਆ ਗਿਆ, ਪੰਜਾਬ ਲਈ ਉਹ ਲੜਾਈ ਲੜਨ ਵਾਲੇ ਘੱਟ ਹੋ ਗਏ ਨੇ, ਪੰਜਾਬ ਨੂੰ ਵਿਕਾਸ ਕਰਨ ਵਾਲੇ ਕਿਤੇ ਨਜ਼ਰ ਨਹੀਂ ਆਉਂਦੇ। ਆਮ ਆਦਮੀ ਪਾਰਟੀ ਫਰੀ ਬੀਜ ਦੇ ਕਰਕੇ ਆ ਗਈ, ਉਸ ਤੋਂ ਬਾਅਦ ਭਾਂਡੇ ਵਿਕ ਗਏ ਨੇ ਕਹਿੰਦੇ ਪੰਜਾਬੀ 'ਚ, ਉਹ ਹਾਲ ਹੋ ਗਿਆ। ਕਾਂਗਰਸ ਦਾ ਪਹਿਲੇ ਬੁਰਾ ਹਾਲ ਹੈ। ਆਲਟਰਨੇਟਿਵ ਕੀ ਹੈ? BJP ਦੇ ਨੈਵਰ ਟਰਾਈਡ ਬਿਫੋਰ, ਜੇ BJP ਨੂੰ ਪਹਿਲੇ ਕਦੇ ਟਰਾਈ ਨਹੀਂ ਕੀਤਾ ਤਾਂ ਹੁਣ ਕਰੋ। ਚੰਡੀਗੜ੍ਹ
ਦੇਖੋ, ਚੰਡੀਗੜ੍ਹ ਲਈ ਭਾਰਤੀ ਜਨਤਾ ਪਾਰਟੀ ਨੇ ਬਹੁਤ ਕੁਛ ਕੀਤਾ। ਮੈਨੂੰ ਲੱਗਦਾ ਚੰਡੀਗੜ੍ਹ ਦੀ ਜਨਤਾ ਬਹੁਤ ਸਮਝਦਾਰੀ ਪੜ੍ਹੀ ਲਿਖੀ ਵੀ ਹੈ, ਜਿਹੜੀ ਆਊਟਸਕਰਟ 'ਤੇ ਹੈ ਉਹ ਵੀ ਇਹ ਸਮਝਦੇ ਨੇ ਕਿ ਉਹਨਾਂ ਨੂੰ ਵੀ ਜੇ ਲਾਭ ਕਿਸੇ ਨੇ ਦਿੱਤਾ ਹੈ ਤਾਂ ਮੋਦੀ ਸਰਕਾਰ ਨੇ ਦਿੱਤਾ ਹੈ। ਚੰਡੀਗੜ੍ਹ 'ਤੇ ਦੇਸ਼ ਦਾ ਵਿਕਾਸ ਵੀ ਹੋਣਾ ਤਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਹੀ ਕਰਨਾ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਇਸ ਵੇਲੇ। ਅਨੁਰਾਗ ਠਾਕੁਰ ਜੀ ਨੇ ਆਪਣਾ ਜਿਹੜਾ ਨਜ਼ਰੀਆ, ਆਪਣੀ ਪਾਰਟੀ ਦਾ ਪੱਖ ਅਤੇ ਆਪਣਾ ਇਹ ਰੱਖਿਆ, ਅਤੇ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਬੜੇ ਕੰਫਰਟੇਬਲ ਹੈਗੇ ਅਤੇ ਅਗਲੀ ਸਰਕਾਰ ਮੋਦੀ ਦੀ ਬਣੇਗੀ ਇਹਨਾਂ ਦਾ ਕਹਿਣਾ, ਅਤੇ ਪੰਜਾਬ ਦੇ ਲੋਕਾਂ ਨੂੰ ਵੀ ਇਹਨਾਂ ਨੇ ਇਹ ਵੀ ਦੱਸਿਆ ਕਿ ਕਿਉਂ ਵੋਟ ਕਰੋ। ਅਤੇ ਅੱਜ ਲਈ ਇੰਨਾ ਹੀ, ਬਹੁਤ ਮਿਹਰਬਾਨੀ, ਸ਼ੁਕਰੀਆ।